ਬਹੁਤ ਬਹੁਤ ਸਵਾਗਤ ਹੈ ਜੀ ਸਟੂਡੈਂਟਸ ਸਾਰਿਆਂ ਦਾ ਸੋ ਆਸਟ੍ਰੇਲੀਆ 1 ਅਕਤੂਬਰ ਤੋਂ ਚੇਂਜਸ ਹੋ ਰਹੇ ਨੇ ਕਿਹੜੇ ਚੇਂਜਸ ਹੋ ਰਹੇ ਨੇ ਕਿਸ ਤਰੀਕੇ ਨਾਲ ਸਟੂਡੈਂਟਸ ਤੇ ਇਹ ਚੇਂਜਸ ਦਾ ਇੰਪੈਕਟ ਆਵੇਗਾ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਸੀਨੀਅਰ ਕੰਸਲਟੈਂਟ ਵੀਨਾ ਗੋਇਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸ਼ਸ਼੍ਰੀਕਾਲ ਨਮਸਕਾਰ ਸਾਰਿਆਂ ਨੂੰ ਸੋ ਵੀਨਾ ਜੀ ਇਸ ਤੋਂ ਪਹਿਲਾਂ ਕਿ ਆਸਟ੍ਰੇਲੀਆ ਦੇ ਵੀਜ਼ਾ ਦੇ ਪ੍ਰੋਸੈਸ ਦੀ ਗੱਲ ਕਰੀਏ ਚੇਂਜਸ ਕਿਹੜੇ-ਕਿਹੜੇ ਹੋ ਰਹੇ ਨੇ ਤੇ ਕਿਸ ਤਰੀਕੇ ਦਾ ਅਸਰ ਪਵੇਗਾ ਸਟੂਡੈਂਟਸ ਤੇ ਦੇਖੋ ਦੀਪਕ ਜੀ ਅੰਬੈਸੀ ਫੀਸ ਵੱਧ ਨਹੀਂ ਸੀ ਉਹ ਪਹਿਲੇ ਹੀ ਵਧ ਚੁੱਕੀ ਐ ਬਟ ਹੁਣ ਜਿਹੜਾ ਛੋਟਾ ਜਿਹਾ ਇੱਕ ਚੇਂਜ ਆਏਗਾ 1 ਅਕਤੂਬਰ ਤੋਂ ਕਿ ਫੰਡ ਥੋੜੇ ਐਕਸਟਰਾ ਸ਼ੋ ਕਰਨੇ ਪੈਣੇ ਆ ਜਿਹੜਾ ਪਹਿਲੇ 21000 ਕੁਛ ਸੀਗੇ ਹੁਣ ਜਿਹੜਾ 24505 ਹੋ ਗਏ ਆ ਤੇ ਕੋਈ 3 3.5 ਹਜ਼ਾਰ ਡਾਲਰ ਐਕਸਟਰਾ ਸ਼ੋ ਕਰਨੇ ਆ ਜਿਦਾ ਮਤਲਬ ਮੇਰੇ ਖਾਲ 1.5 ਤੋਂ 2 ਲੱਖ ਦੇ ਅੰਦਰ ਦੀ ਅਮਾਉਂਟ ਆਏਗੀ ਇਹਨਾਂ ਦੀ ਉਹਨਾਂ ਕਿ ਇਹ ਐਕਸਟਰਾ ਸ਼ੋ ਕਰਨਾ ਕੋਈ ਲੰਬਾ ਚੋੜਾ ਚੇਂਜ ਨਹੀਂ ਐ ਔਰ ਇਸ ਨੂੰ ਲੈ ਕੇ ਕੋਈ ਡਰਨ ਦੀ ਲੋੜ ਵੀ ਨਹੀਂ ਐ ਹਾਂ ਨਰੰਦੀਆ ਕਿ ਜਿਹੜੇ ਫੰਡਸ ਇਹਨਾਂ ਦੇ ਕੋਲ 3 ਮੰਥਸ ਹੋਲਡ ਨਹੀਂ ਹੁੰਦੇ ਉਹ ਕਹਿੰਦੇ ਪਹਿਲੇ ਹੀ ਇੰਨੇ ਸ਼ੋ ਕਰਨੇ ਫਿਰ 1.5 2 ਲੱਗਦਾ ਉਹ ਹੋਰ ਜਿਹੜਾ ਉਹਦੇ ਵਿੱਚ ਇਨਕਰੀਜ਼ ਹੋ ਗਿਆ ਨੇਚੁਰਲ ਆ ਉਹਨਾਂ ਕਿ ਇਨਕਰੀਜ਼ ਹੋਇਆ ਕੋਈ ਬਾਕੀ ਕੋਈ ਇੰਨਾ ਲੰਬਾ ਚੌੜਾ ਚੇਂਜ ਨਹੀਂ ਆ ਜੀ ਸੋ ਪ੍ਰੈਜ਼ੈਂਟਲੀ ਕਿਹੜੇ ਕਿਹੜੇ ਇਨਟੇਕਸ ਆਸਟ੍ਰੇਲੀਆ ਵਾਸਤੇ ਅਵੇਲੇਬਲ ਨੇ ਹੁਣ ਤਾਂ ਜਨ ਫੇਬ ਇਨਟੇਕ ਤੇ ਹੀ ਸਾਰੇ ਫੋਕਸ ਕਰ ਰਹੇ ਆ ਜਿਹੜਾ ਨਵੰਬਰ ਦਾ ਇਨਟੇਕ ਆ ਉਹਦੇ ਵਾਸਤੇ ਮਾਸਟਰਸ ਕੋਰਸੇ ਜਿਹੜੇ ਹਜੇ ਅਵੇਲੇਬਲ ਹੈ ਉਹਦੇ ਵਿੱਚ ਵੀ ਲਿਮਿਟਡ ਕੋਰਸਸ ਹੁੰਦੇ ਆ ਸਾਡੇ ਕੋਲ ਔਰ ਅੰਡਰਗ੍ਰੈਜੂਏਟ ਜਿੰਨੇ ਵੀ ਆ ਉਹ ਸਾਰੇ ਜੈਨ ਫੈਬ ਦੇ ਹਾਂ ਅਕਤੂਬਰ ਨਵੰਬਰ ਚ ਜਿਹੜੇ ਬਾਈਪਾਸ ਆਊਟ ਆ ਉਹ ਬਿਲਕੁਲ ਮਿਸਟੇਕ ਨਾ ਕਰਨ ਕਾਫੀ ਸਾਰੇ ਬੱਚਿਆਂ ਨੇ ਆਪਣੇ ਜੀਟੀ ਦੇ ਚੱਕਰ ਯੂਨੀਵਰਸਿਟੀਆਂ ਦੇ ਚੱਕਰ ਚ ਖਰਾਬ ਕਰ ਲਿਆ ਉਹ ਹਜੇ ਇਹ ਕਾਲਜੇਸ ਦੇ ਵਿੱਚ ਅਪਲਾਈ ਕਰ ਸਕਦੇ ਆ ਉਹ ਸਾਡੇ ਨਾਲ ਰਾਫਤਾ ਕਾਇਮ ਕਰਨ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਵੀ ਅੱਛਾ ਆ ਰਿਹਾ ਸੋ ਜਨੂਅਰੀ ਫੈਬ ਇਨਟੇਕ ਦੇ ਵਿੱਚ ਜਿਹੜੇ ਸਟੂਡੈਂਟਸ ਜਾਣਾ ਚਾਹੁੰਦੇ ਨੇ ਕਿਹੜੀਆਂ ਕਿੜੀਆਂ ਗੱਲਾਂ ਦਾ ਧਿਆਨ ਰੱਖਣ ਪ੍ਰੈਜ਼ੈਂਟ ਆਸਟ੍ਰੇਲੀਆ ਦਾ ਟ੍ਰੈਂਡ ਕਿੱਦਾਂ ਦਾ ਚੱਲ ਰਿਹਾ ਫਾਈਲ ਕਿਵੇਂ ਪ੍ਰਿਪੇਅਰ ਕਰਕੇ ਲਗਾਉਣਾ ਫਾਈਲ ਤੇ ਦੇਖੋ ਜੇ ਇਹ ਕੋਈ ਅੰਨੇ ਸੋਖੀ ਤੇ ਹੁੰਦੀ ਨਹੀਂ ਆਸਟ੍ਰੇਲੀਆ ਦੀ ਇਹਦੀ ਜੀਟੀ ਕਲੀਅਰ ਕਰਾਉਣਾ ਹੀ ਬਹੁਤ ਮੁਸ਼ਕਲ ਹੈ ਲੇਕਿਨ ਇਹ ਕਿ ਤੁਹਾਡੀ ਇਨਕਮ ਜਿਹੜੀ ਆ ਉਹ ਬਹੁਤ ਅੱਛੀ ਹੋਣੀ ਚਾਹੀਦੀ ਹੈ ਔਰ ਇਨਕਮ ਦੇ ਨਾਲ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਉਹ ਵੀ ਬੜੇ ਕਲੀਅਰ ਹੋਣੇ ਚਾਹੀਦੇ ਆ ਔਰ ਐਸਓਪੀ ਤੁਹਾਡਾ ਬਹੁਤ ਅੱਛਾ ਬਨਾ ਹੋਣਾ ਚਾਹੀਦਾ ਫਿਰ ਜਾ ਕੇ ਤੁਹਾਡਾ ਜੀਟੀ ਕਲੀਅਰ ਹੁੰਦਾ ਹੈ ਹਰ ਬੱਚੇ ਨੇ ਜਿਹੜਾ ਨਾ ਇਨਕਮ ਬਧਾਨ ਵਾਸਤੇ ਮਦਦ ਦੀ ਬੁਟੀਕ ਇਨਕਮ ਉਹ ਨੇਚੁਰਲ ਆ ਉਹਨਾਂ ਬੈਸੀ ਨੇ ਮੰਗਿਆ ਜੇ ਬੁਟੀਕ ਇਨਕਮ ਹੈ ਤਾਂ 2 ਸਾਲ ਦੀ ਕਰੰਟ ਬੈਂਕ ਦੀ ਸਟੇਟਮੈਂਟ ਦੋ ਜੇ ਐਕਚੁਅਲ ਜੇ ਤੁਸੀਂ ਬੁਟੀਕ ਚਲਾ ਰਹੇ ਹੋ ਤਾਂ ਤੁਸੀਂ ਦੋ ਬੈਂਕ ਦੋ ਸਾਲ ਦੀ ਬੈਂਕ ਸਟੇਟਮੈਂਟ ਵੀ ਦਿਓਗੇ ਜੇ ਬੁਟੀਕ ਚਲਾ ਹੀ ਨਹੀਂ ਰਹੇ ਤਾਂ ਸਟੇਟਮੈਂਟ ਕਿੱਥੋਂ ਦਿਓਗੇ ਤੇ ਇਹ ਚੀਜ਼ਾਂ ਜਿਹੜੀ ਬਹੁਤ ਧਿਆਨ ਰੱਖਣ ਵਾਲੀ ਹੈ ਇਹ ਚੀਜ਼ਾਂ ਇੱਕ ਐਕਸਪੀਰੀਅੰਸ ਬੰਦਾ ਹੀ ਜਿਹੜਾ ਤੁਹਾਡੀ ਟੈਕਲ ਕਰ ਸਕਦਾ ਇਦਾਂ ਬਹੁਤ ਮੁਸ਼ਕਲ ਹੈ ਕਿ ਤੁਸੀਂ ਕੋਈ ਵੀ ਇਨਕਮ ਬਣਵਾ ਲਈ ਔਰ ਤੁਸੀਂ ਬੈਂਕ ਸਟੇਟਮੈਂਟ ਜਦ ਅੰਬੈਸੀ ਨੇ ਮੰਗੀ ਤਾਂ ਯੂ हैव टू ਵਿਡਰੋ ਯੋਰ ਕੇਸ ਜਾਂ ਫਿਰ ਰਿਜੈਕਸ਼ਨ ਆਏਗਾ ਤੇ ਦੋ ਹੀ ਚੀਜ਼ਾਂ ਐ ਇਸ ਕਰਕੇ ਬਹੁਤ ਧਿਆਨ ਨਾਲ ਇਹ ਦੇਖਣਾ ਪੈਂਦਾ ਜੀਟੀ ਕਲੀਅਰ ਕਰਾਉਣਾ ਆਪਣੇ ਆਪ ਚ ਇੱਕ ਬਹੁਤ بڑا ਚੈਲੰਜ ਬਹੁਤ بڑا ਚੈਲੰਜ ਹੈ ਜੀਟੀ ਵੀ ਕਲੀਅਰ ਕਰਾ ਲਈ ਫਿਰ ਅੰਬੈਸੀ ਤੋਂ ਇੱਥੇ ਦੋ ਦੋ ਜਗ੍ਹਾ ਤੇ ਚੈਕਿੰਗ ਐ ਇਸ ਕਰਕੇ ਕਹਿੰਦੇ ਨਾ ਆਸਟ੍ਰੇਲੀਆ ਦੀ ਫਾਈਲ ਬਣਾਉਣਾ ਕੋਈ ਸੌਖੀ ਚੀਜ਼ ਨਹੀਂ ਐ ਸੋ ਸਟੂਡੈਂਟਸ ਆਸਟ੍ਰੇਲੀਆ ਦੀ ਫਾਈਲਿੰਗ ਦੇ ਵਿੱਚ ਇੱਕ ਚੀਜ਼ ਬਹੁਤ ਇੰਪੋਰਟੈਂਟ ਐ ਕਿ ਤੁਸੀਂ ਆਪਣਾ ਕੰਸਲਟੈਂਟ ਕਿੰਨਾ ਕ ਐਕਸਪੀਰੀਐਂਸਡ ਚੂਜ਼ ਕਰਦੇ ਹੋ ਬਹੁਤ ਧਿਆਨ ਨਾਲ ਆਸਟ੍ਰੇਲੀਆ ਦੀ ਫਾਈਲਿੰਗ ਲਗਾਨੀ ਚਾਹੀਦੀ ਹੈ ਵੀਨਾ ਜੀ ਪ੍ਰੈਜ਼ੈਂਟਲੀ ਟ੍ਰੈਂਡ ਦੀ ਗੱਲ ਕਰੀਏ ਕਿੰਦਾ ਦਾ ਟ੍ਰੈਂਡ ਚੱਲ ਰਿਹਾ ਕਿੰਦਾ ਦਾ ਟ੍ਰੈਂਡ ਚੱਲ ਰਿਹਾ ਮੀਨਸ ਕਿ ਹਰ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹ ਰਿਹਾ ਚਾਹੇ ਉਹਦੇ 4 ਸਾਲ ਦਾ ਗੈਪ ਹੈ ਚਾਹੇ ਆਲਰੇਡੀ ਆਸਟ੍ਰੇਲੀਆ ਤੋਂ ਰਿਜੈਕਸ਼ਨ ਲੈ ਬੈਠਿਆ ਇੱਕ ਚੀਜ਼ ਬੜੀ ਕਲੀਅਰ ਆਸਟ੍ਰੇਲੀਆ ਦਾ ਜੋ ਰਿਜੈਕਸ਼ਨ ਲੱਗ ਗਿਆ ਦੁਆਰਾ ਬਹੁਤ ਮੁਸ਼ਕਲ ਹੈ ਕੋਈ ਵੀ ਯੂਨੀਵਰਸਿਟੀ ਉਹਨੂੰ ਸੀਓਈ ਨਹੀਂ ਦਿੰਦੀ ਉਹ ਕੇਸ ਲੈਣਾ ਬਹੁਤ ਮੁਸ਼ਕਲ ਹੁੰਦਾ ਅਸੀਂ ਉਹਨੂੰ ਪਾਥਵੇ ਗਾਈਡ ਕਰਦੇ ਆ ਜਾਂ ਤੇ ਕੋਈ ਹੋਰ ਕੰਟਰੀ ਤੁਸੀਂ ਅਪਲਾਈ ਕਰ ਲਓ ਜਾਂ ਆਸਟ੍ਰੇਲੀਆ ਹੀ ਜਾਣਾ ਹੈ ਤੇ ਸਿੰਗਾਪੁਰ ਦਾ ਪਾਥਵੇ ਆਸਟ੍ਰੇਲੀਆ ਵਾਸਤੇ ਉਹ ਲੈ ਲਓ ਕਿਉਂਕਿ ਚੇਂਜ ਆਫ ਸਟੇਟਸ ਬੜਾ ਜ਼ਰੂਰੀ ਹੈ ਕਿ ਇੱਕ ਸਾਲ ਤੁਸੀਂ ਕਿਧਰੇ ਹੋਰ ਪੜ੍ਹਾਈ ਕਰ ਲਈ ਜਾਂ 6 ਮਹੀਨੇ ਕਿਧਰੇ ਹੋਰ ਕਰ ਲਈ ਫਿਰ ਤੁਹਾਡਾ ਸਟੇਟਸ ਚੇਂਜ ਹੋ ਗਿਆ ਤੇ ਤੁਸੀਂ ਜਿਹੜਾ ਆਪਣੇ ਆਪ ਨੂੰ ਕਲੀਅਰ ਜਿਹੜਾ ਨੈਕਸਟ ਈਅਰ ਆਸਟ੍ਰੇਲੀਆ ਜਾ ਸਕਦੇ ਹੋ ਹੁਣ ਜੇ ਤੁਸੀਂ ਬਾਕੀ ਗੱਲਾਂ ਦਾ ਉਹ ਕਹੋ ਕਿ ਕਿੱਦਾਂ ਧਿਆਨ ਰੱਖਣਾ देयर आर ਸੋ ਮੈਨੀ ਥਿੰਗਸ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਹਨਾ ਜੀਟੀ ਬੜੀ ਕਲੀਅਰ ਰੱਖਣੀ ਹੈ ਤੁਹਾਡਾ ਰਿਜੈਕਸ਼ਨ ਦੇ ਚਾਂਸਸ ਘਟਾਉਣੇ ਆ ਗੈਪ ਘਟ ਹੋਣਾ ਚਾਹੀਦਾ ਜਦ ਗ੍ਰੈਜੂਏਸ਼ਨ ਕਿਤਤੀ ਹੋਈ ਹੈ ਤੁਸੀਂ ਐਕਸਪੀਰੀਅੰਸ ਦਿਖਾ ਰਹੇ ਹੋ ਸੈਲਰੀ ਅਕਾਊਂਟ 'ਚ ਹੋਣੀ ਚਾਹੀਦੀ ਹੈ ਤੁਹਾਡਾ ਡੈਜ਼ਿਗਨੇਸ਼ਨ ਪ੍ਰੋਪਰ ਉਹਦਾ ਜਸਟੀਫਾਈ ਹੁੰਦੀ ਹੈ ਉਹਦੇ ਨਾਲ ਤੁਹਾਡੇ ਇਨਕਮ ਟੈਕਸ ਰਿਟਰਨ ਮੈਚ ਹੁੰਦੀ ਹੈ ਇਹ ਬਹੁਤ ساری ਚੀਜ਼ਾਂ ਜਿਹੜੀਆਂ ਆਨ ਆਸਟ੍ਰੇਲੀਆ ਦੇ ਵਿੱਚ ਸਾਨੂੰ ਦੇਖਣੇ ਪੈਂਦੀਆਂ ਮੈਨੂੰ ਕੰਮ ਕਰਦੇ ਆ 26 ਇਅਰਸ ਹੋ ਗਏ ਆ ਸਾਡੀ ਕੰਪਨੀ ਮਾਰਾ ਰਜਿਸਟਰਡ ਵੀ ਆ ਤੇ ਅਸੀਂ ਏਰੀ ਮੈਂਬਰ ਵੀ ਆ ਤੇ ਸਾਰੇ ਜਿਹੜੇ ਆਧਾਰੇ ਆ ਉਹਨਾਂ ਤੋਂ ਅਸੀਂ ਰਜਿਸਟਰਡ ਸੋ ਸਟੂਡੈਂਟਸ ਬੀਨਾ ਜੀ ਦੇ 26 ਸਾਲ ਦੇ ਐਕਸਪੀਰੀਅੰਸ ਦਾ ਜੇ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ ਆਸਟ੍ਰੇਲੀਆ ਦੀ ਫਾਈਲ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਜ਼ਰੂਰੀ ਹੈ ਕਿ ਕਿਸੇ ਐਕਸਪੀਰੀਅੰਸਡ ਕੰਸਲਟੈਂਟ ਤੋਂ ਹੀ ਲਗਾਈ ਜਾਏ ਸਕਰੀਨ ਦੇ ਉੱਪਰ ਨੈਵੀਗੇਟਰਸ ਦਾ ਨੰਬਰ ਡਿਸਪਲੇ ਹੋ ਰਿਹਾ ਤੁਸੀਂ ਟੀਮ ਨਾਲ ਗੱਲ ਕਰ ਸਕਦੇ ਹੋ ਕੋਈ ਵੀ ਸਵਾਲ ਹੈ ਡਾਊਟ ਹੈ ਉਹਦੇ ਵਾਸਤੇ ਮਿਲ ਵੀ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸਰ